Hey guys, subscribe and press the bell icon to never miss a video from Gabru. Now you can download Gabru app for latest news and enjoy live TV. Link in description. ਅੱਜ ਕੱਲ ਹਰ ਇੱਕ ਮੂਵੀ ਸਾਡੀ ਐਂਟਰਟੇਨਮੈਂਟ ਦੇ ਲਈ ਬਣਦੀ ਹੈ ਪਰ ਹਰ ਇੱਕ ਫਿਲਮ ਮੇਕਰ ਅਤੇ ਡਾਇਰੈਕਟਰ ਦਾ ਇਹੀ ਸੁਪਨਾ ਹੁੰਦਾ ਹੈ ਕਿ ਜਦੋਂ ਵੀ ਆਡੀਅੰਸ ਥੀਏਟਰ ਤੋਂ ਬਾਹਰ ਨਿਕਲੇ ਫਿਰ ਉਹ ਉਸ ਮੂਵੀ ਦੇ ਬਾਰੇ ਜ਼ਰੂਰ ਸੋਚੇ ਜਾਂ ਫਿਰ ਉਹਨਾਂ ਦੀ ਫਿਲਮ ਦੇ ਵਿੱਚ ਕੋਈ ਇੱਦਾਂ ਦਾ ਮੈਸੇਜ ਜ਼ਰੂਰ ਹੋਵੇ ਜੋ ਕਿ ਆਡੀਅੰਸ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਵੇ ਅਤੇ ਹੁਣ ਇੱਦਾਂ ਦਾ ਹੀ ਇੱਕ ਕੰਮ ਕਰ ਰਹੇ ਨੇ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ ਇੰਡਸਟਰੀ ਦੇ ਰੈਪ ਕਿੰਗ ਬਾਦਸ਼ਾਹ ਜੋ ਕਿ ਆਪਣੇ ਪ੍ਰੋਡਕਸ਼ਨ ਹਾਊਸ ਐਪਰਾ ਫਿਲਮਸ ਤੋਂ ਲੈ ਕੇ ਆ ਰਹੇ ਨੇ ਆਪਣੀ ਨਵੀਂ ਮੂਵੀ 2x5 ਅਤੇ ਕੁਝ ਟਾਈਮ ਪਹਿਲਾਂ ਅਸੀਂ ਇਸ ਮੂਵੀ ਦਾ ਟਾਈਟਲ ਪੋਸਟਰ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਸੀ ਅਤੇ ਨਾਲ ਹੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀ ਇਸ ਮੂਵੀ ਦੀ ਸਟਾਰਕਾਸਟ ਬਾਰੇ ਅਤੇ ਅੱਜ ਅਸੀਂ ਇਸ ਮੂਵੀ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਏ ਹਾਂ ਅਤੇ ਉਹ ਇਹ ਹੈ ਕਿ ਹਾਲ ਹੀ 'ਚ 2x5 ਮੂਵੀ ਦਾ ਆਫੀਸ਼ੀਅਲ ਪੋਸਟਰ ਲਾਂਚ ਹੋ ਚੁੱਕਿਆ ਹੈ ਅਤੇ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਟ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਗੱਭਰੂ ਟੀਵੀ ਨੇ ਆਪਣੀ ਮੋਬਾਈਲ ਐਪਲੀਕੇਸ਼ਨ ਅਤੇ ਪੰਜਾਬ ਦਾ ਪਹਿਲਾ ਪੋਕਿਟ ਟੀਵੀ ਯਾਨੀ ਕਿ ਗੱਭਰੂ ਐਪ ਨੂੰ ਲਾਂਚ ਕਰ ਦਿੱਤਾ ਹੈ ਅਤੇ ਜੇ ਤੁਸੀਂ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਕੁਝ ਇੰਟਰਸਟਿੰਗ ਅਪਡੇਟਸ ਜਾਣਨਾ ਚਾਹੁੰਦੇ ਹੋ ਅਤੇ ਨਾਲ ਹੀ ਲਾਈਵ ਮਿਊਜ਼ਿਕ ਅਤੇ ਲਾਈਵ ਟੈਲੀਵਿਜ਼ਨ ਦੇਖਣਾ ਚਾਹੁੰਦੇ ਹੋ ਤਾਂ ਡਾਊਨਲੋਡ ਅਤੇ ਇੰਸਟਾਲ ਕਰੋ ਸਾਡੀ ਗੱਭਰੂ ਐਪ ਨੂੰ ਆਪਣੇ ਮੋਬਾਈਲ ਫੋਨਸ ਦੇ ਵਿੱਚ ਅਤੇ ਹੁਣ ਬਹੁਤੀ ਦੇਰ ਨਾ ਕਰਦੇ ਹੋਏ ਤੁਸੀਂ ਸਭ ਤੋਂ ਪਹਿਲਾਂ ਚੈੱਕ ਕਰੋ ਇਸ ਮੂਵੀ ਦਾ ਆਫੀਸ਼ੀਅਲ ਪੋਸਟਰ ਮੂਵੀ ਦੇ ਪੋਸਟਰ ਦੇ ਵਿੱਚ ਤੁਸੀਂ ਅੰਮ੍ਰਿਤ ਮਾਨ ਨੂੰ ਇੱਕ ਡਿਫਰੈਂਟ ਲੁੱਕ ਦੇ ਵਿੱਚ ਦੇਖ ਸਕਦੇ ਹੋ ਅਤੇ ਜੇ ਅਸੀਂ ਇਸ ਮੂਵੀ ਦੀ ਗੱਲ ਕਰੀਏ ਤਾਂ ਇਹ ਫਿਲਮ ਇੱਕ ਵਿਅੰਗ ਹੋਵੇਗਾ ਸਾਡੇ ਐਜੂਕੇਸ਼ਨ ਸਿਸਟਮ 'ਤੇ ਜਿਸ ਨੂੰ ਦੇਖ ਕੇ ਤੁਸੀਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਅਤੇ ਇਸ ਦੀ ਹੀ ਇੱਕ ਝਲਕ ਤੁਸੀਂ ਇਸ ਪੋਸਟਰ ਦੇ ਵਿੱਚ ਵੀ ਦੇਖ ਹੀ ਚੁੱਕੇ ਹੋ ਅਤੇ ਜੇ ਅਸੀਂ ਇਸ ਮੂਵੀ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਤੁਹਾਨੂੰ ਲੀਡ ਰੋਲ ਦੇ ਵਿੱਚ ਨਜ਼ਰ ਆਉਣਗੇ ਸਾਡੇ ਬੰਬ ਜੱਟ ਅੰਮ੍ਰਿਤ ਮਾਨ ਅਤੇ ਅੰਮ੍ਰਿਤ ਮਾਨ ਦੇ ਨਾਲ ਹੀ ਤੁਹਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੀ ਈਸ਼ਾ ਰਿਖੀ ਸਰਦਾਰ ਸੋਹੀ ਕਰਮਜੀਤ ਅਨਮੋਲ ਐਂਡ ਰਾਣਾ ਰਣਵੀਰ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਹੈਰੀ ਪੱਟੀ ਨੇ ਅਤੇ ਇਹ ਫਿਲਮ ਤੁਹਾਨੂੰ ਥੀਏਟਰਸ ਦੇ ਵਿੱਚ ਦੇਖਣ ਨੂੰ ਮਿਲੇਗੀ 11 ਜਨਵਰੀ 2019 ਨੂੰ ਹੁਣ ਇਸ ਮੂਵੀ ਦੇ ਪੋਸਟਰ ਨੂੰ ਦੇਖ ਕੇ ਤੁਸੀਂ ਫਿਲਮ ਦੇ ਬਾਰੇ ਕੀ ਸੋਚ ਰਹੇ ਹੋ ਅਤੇ ਤੁਸੀਂ ਕਿੰਨੇ ਐਕਸਾਈਟਿਡ ਹੋ ਇਸ ਫਿਲਮ ਨੂੰ ਲੈ ਕੇ ਆਪਣੇ ਆਨਸਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਇਸ ਤਰ੍ਹਾਂ ਦੀ ਹੋਰ ਇੰਟਰਸਟਿੰਗ ਅਪਡੇਟਸ ਨੂੰ ਜਾਣਨ ਦੇ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਐਂਡ ਪ੍ਰੈਸ ਦ ਬੈਲ ਆਈਕਨ ਫੋਰ ਨੋਟੀਫਿਕੇਸ਼ਨਸ ਅਤੇ ਜੇ ਇਹ ਖਬਰ ਤੁਹਾਨੂੰ ਵਧੀਆ ਲੱਗੀ ਹੈ ਸਾਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਾਰੇ ਹੀ ਐਂਡਰੋਇਡ ਯੂਜ਼ਰਸ ਥੱਲੇ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰਕੇ ਗੱਭਰੂ ਦੀ ਐਪ ਨੂੰ ਜ਼ਰੂਰ ਇੰਸਟਾਲ ਕਰਿਓ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪੋਕਿਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਭਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ